ਡੇਸ ਪਰ ਗੁੱਗਾ ਯਾਰ ਪੀਰ ਜੀ ਦੀ ਨੌਮੀ ਮਨਾਈ ਗਈ, ਜਿਸ ਵਿੱਚ ਵੱਡੇ ਵੱਡੇ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਨਗਰ ਨਿਵਾਸੀਆਂ ਨੇ ਪੂਰਾ ਸਾਥ ਦਿੱਤਾ। ਇਸ ਮੇਲੇ ਦੇ ਵਿੱਚ ਪਹਿਲਵਾਨਾਂ ਨੂੰ ਸਨਮਾਨ ਦਿੱਤੇ ਗਏ ਆ। ਇਸ ਮੇਲੇ ਦੇ ਵਿੱਚ ਸਾਈਂ ਪਰਮਜੀਤ ਜੀ, ਸਰਪੰਚ ਸਾਹਿਬ ਅਤੇ ਗੁੱਗੇ ਯਾਰ ਪੀਰ ਦੇ ਬੈਤੀਆਂ ਨੇ ਹੁੰਮ ਹੁਮਾ ਕੇ ਹਿੱਸਾ ਲਿਆ ਅਤੇ ਇਸ ਮੇਲੇ ਦੀਆਂ ਫੋਟੋਆਂ ਵੀ ਘੁੰਗਰਨੀ ਸਾਹਿਬ ਵੱਲੋਂ ਖਿੱਚੀਆਂ ਗਈਆਂ। ਇਹਨਾਂ ਸਾਰਿਆਂ ਦਾ ਹੀ ਸਿੰਝ ਮੇਲੇ 'ਤੇ ਪਹੁੰਚਣ ਲਈ ਮੈਂ ਧੰਨਵਾਦ ਕਰਦਾ ਹਾਂ। ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ। ਜਕਾਰਾ ਗੁੱਗੇ ਯਾਰ ਪੀਰ ਦਾ। ਪਿੰਡ ਈਸਪੁਰ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਿੰਝ ਮੇਲਾ ਕਰਾਇਆ ਗਿਆ।